ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਜਿੰਮੇਦਾਰ ਖਬਰ ਆ ਰਹੀਆਂ ਕਾਤਲ ਪਹਿਲਾਂ ਵੀ ਆਏ ਸਗੇ ਇੱਥੇ ਰੇਕੀ ਕਰਦੇ ਰਹੇ ਜੇ ਇਹਨੂੰ ਖੁੱਲੇਮਖਾਨ ਗੈਂਗਸਟਰ ਫਰਦਿਆ ਤਾਂ ਸਰਕਾਰ ਕਿੱਥੇ ਆ ਸਰਕਾਰ ਨજર ਹੋਣੀ ਚਾਹੀਦੀ ਆ ਮੁੱਖ ਮੰਤਰੀ ਭਗਵੰਤ ਸਿੰਘ ਦੇ ਚਿਹਰੇ ਵਿੱਚੋਂ ਜਿਹੜੀਆਂ ਕੋਈ ਐਲਾਨ ਕਰਨ ਵਾਲੀ ਵੀਡੀਓ ਆ ਉਹਨਾਂ ਦੀ ਗੱਲ ਨਾ ਕਰੀਏ ਕਦੇ ਜੇ ਹ ਮੌਕਾ ਨਹੀਂ ਆਇਆ ਕਿ ਉਹ ਲੋਕਾਂ ਦੇ ਨਾਲ ਅੱਖਾਂ-ਅੱਖਾਂ ਬਾਕੇ ਕਦੇ ਗੱਲ ਕਰਦੇ ਹੋਣ ਜਾਂ ਮੀਡੀਆ ਨਾਲ ਇੰਟਰੈਕਸ਼ਨ ਕਰਦੇ ਹੋਣ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਣ ਇੰਜ ਲੱਗਦਾ ਪੰਜਾਬ ਵਿੱਚ ਇੱਕ ਵੱਡਾ ਖਲਾਫੇ ਦਾ ਹੋ ਗਿਆ ਪੰਜਾਬ ਪੁਲਿਸ ਨੇ ਟਵਿੱਟਰ ਕਰਕੇ ਜਿਹੜੀ ਇਸ ਘਟਨਾ ਦੀ ਜਾਣਕਾਰੀ ਦਿੱਤੀ ਆ ਉਹਦੇ ਵਿੱਚ ਕਿਹਾ ਕਿ ਇਹ ਕੋਈ ਗੈਂਗਵਾਰ ਨਹੀਂ ਸੀ ਇਹ ਰੂਟੀਨ ਦੀ ਦਾ ਕ੍ਰਾਈਮ ਸੀ ਬਹੁਤ ਵੱਡਾ ਸਵਾਲ ਖੜਾ ਹੋ ਗਿਆ ਬੜੀ ਹੈਰਾਨੀ ਹੋਈ ਕਿ ਰੂਟੀਨ ਦਾ ਕ੍ਰਾਈਮ ਤੇ ਸਪੈਸ਼ਲ ਕ੍ਰਾਈਮ ਕਿਹੜਾ ਹੁੰਦਾ ਭਗਵਾਨ ਸਿੰਘ ਮਾਨ ਉਹਨਾਂ ਦੀ ਜੜੀ ਇਹ ਚੁੱਪ ਪਿਆ ਇਹਦੇ ਕੀ ਅਰਥ ਸਮਝੀਏ ਅਸੀਂ ਜਿਹੜੇ ਚੁੱਪ ਦੇ ਦੋ ਤਰ੍ਹਾਂ ਦੇ ਜਿਹੜੇ ਅਰਥ ਆ ਉਹ ਲੈਣੇ ਆ ਇੱਕ ਤਾਂ ਇਹ ਕਿ ਜਦੋਂ ਬੰਦਾ ਸੋਚਦਾ ਮਨ ਨੂੰ ਨਹੀਂ ਪਰਵਾਹ ਇੱਕ ਦਾ ਅਰਥ ਇਹ ਆ ਦੂਜਾ ਬੰਦਾ ਕਈ ਵਾਰੀ ਐ ਹੁੰਦਾ ਕਿ ਜਦੋਂ ਚੁੱਪ ਕਰਦਾ ਉਹ ਆਟੋਮੈਟਿਕਲੀ ਆਪਣੇ ਦਾ ਕਸੂਰ ਆ ਉਹ ਮੰਨ ਲੰਦਾ 7 ਲੜਕੀਆਂ 100 ਫੁੱਟ ਉੱਚੀ ਪਾਣੀ ਦੀ ਟੈਂਕੀ ਤੇ ਚੜ ਗਈਆਂ ਦਾ ਖਾਲਸ ਟੀਵੀ ਪਰਿਵਾਰ ਨੂੰ ਦਿਲ ਦੀਆਂ ਗਹਿਰਾਈਆਂ ਵਿੱਚੋਂ ਪਿਆਰ ਕਰਨ ਬੜੇ ਦੋਸਤੋ ਸਾਡੇ ਰੋਜ਼ਾਨਾ ਦੇ ਬਹੁਤ ਚਰਚਿਤ ਸ਼ੋਅ ਖਾਲਸ ਸਪੈਸ਼ਲ ਵਿੱਚ ਤੁਹਾਡਾ ਸਵਾਗਤ ਵੈਲਕਮ ਆਦਰ ਸਤਿਕਾਰ ਜੀ ਆਇਆਂ ਨੂੰ ਕਮਲ ਜੀ ਜੀ ਬਣਵਾਇ ਦੀ ਸਸਰੀਕਾਲ ਪੰਜਾਬ ਵਿੱਚ ਗੋਲੀਆਂ ਦੀ ਤਾੜ-ਤਾੜ ਨਾਲ ਲੋਕ ਸਹਿਮੇ ਪਈਆ ਅੰਦਰ ਇੱਕ ਡਰ ਕਰਨ ਲੱਗਾ ਮੈਂ ਇਹ ਲਾਈਨਾਂ ਅੱਜ ਆਪਣੇ ਕੋਲੋਂ ਨਹੀਂ ਕਹਿ ਰਿਹਾ ਇੱਕ ਬਹੁਤ ਵੱਡੀ ਅਖਬਾਰ ਪੰਜਾਬੀ ਦੀ ਜਿਹੜੀ ਮੇਨ ਖਬਰ ਆ ਉਹਦੀ ਸ਼ੁਰੂਆਤ ਇਹਨਾਂ ਲਾਈਨਾਂ ਨਾਲ ਹੁੰਦੀ ਆ ਚਾਹੇ ਮਹਿਸੂਸ ਅੰਦਰੋਂ ਖੁਦ ਅਸੀਂ ਇਹ ਕਰਦੇ ਹੋਈਏ ਪਰ ਮੈਨੂੰ ਲੱਗਦਾ ਸੀ ਕਿ ਜੇ ਮੈਂ ਇਹ ਗੱਲ ਕਰਾਂ ਤਾਂ ਸ਼ਾਇਦ ਦਰਸ਼ਕ ਹੋ ਸਕਦਾ ਕਿ ਗੱਲ ਨੂੰ ਵਧਾ ਚੜਾ ਕੇ ਕਿਹਾ ਜਾ ਰਿਹਾ ਜਾਂ ਸੱਚਮੁੱਚ ਹੀ ਜੇ ਮਾਹੌਲ ਡਰ ਦਾ ਘਟ ਵੱਧਿਆ ਤਾਂ ਉਹਨੂੰ ਬਧੇਰੇ ਗੰਭੀਰ ਤਰ੍ਹਾਂ ਦੱਸਿਆ ਜਾ ਰਿਹਾ ਇਸ ਕਰਕੇ ਅੱਜ ਦੀ ਜਿਹੜੇ ਖਾਸ ਸਪੈਸ਼ਲ ਆ ਉਹਦੀ ਸ਼ੁਰੂਆਤ ਮੈਂ ਪੰਜਾਬੀ ਦੀ ਇੱਕ ਬਹੁਤ ਵੱਡੀ ਖ਼ਬਰ ਦੀ ਸਪੈਸ਼ਲ ਸਟੋਰੀ ਨਾਲ ਕੀਤੀ ਆ ਕਿ ਪੰਜਾਬ ਗੋਲੀਆਂ ਦੀ ਤਾੜ-ਤਾੜ ਨਾਲ ਡਰਿਆ ਪਿਆ ਸੱਚਮੁੱਚ ਕਹਾਣੀਆਂ ਤੋਂ ਵੱਖਰੀ ਨਹੀਂ ਪੰਜਾਬ ਵਿੱਚ ਇਸ ਵੇਲੇ ਬੇਪਰੋਸੀ ਦਾ ਮਾਹੌਲ ਆ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਜਿੰਮੇ ਦੀਆਂ ਖਬਰਾਂ ਆ ਰਹੀਆਂ ਕਿ ਕਾਤਲ ਪਹਿਲਾਂ ਵੀ ਆਏ ਸਗੇ ਇੱਥੇ ਰੇਕੀ ਕਰਦੇ ਰਹੇ ਜਾਂ ਕਿਉਂਕਿ ਉਹਨਾਂ ਕੋਲ 47 ਨਹੀਂ ਸੀ ਇੱਧਰ 47 ਸੀ ਉਹ ਮੁੜ ਗਏ ਮਤਲਬ ਜੇ ਇਹਨੂੰ ਖੁੱਲੇ ਮਖਾਨ ਗੈਂਗਸਟਰ ਫਿਰਦਿਆ ਤਾਂ ਸਰਕਾਰ ਕਿੱਥੇ ਆ ਸਰਕਾਰ ਤਾਂ ਸੱਚਮੁੱਚ ਨਜ਼ਰ ਨਹੀਂ ਆ ਰਹੀ ਇੱਕ ਨਹੀਂ ਕਈ ਪਾਸਿਆਂ ਤੋਂ ਫਿਰ ਸਿੱਧੂ ਮੂਸੇ ਵਾਲੇ ਕਤਲ ਤੋਂ ਬਾਅਦ ਜਿਵੇਂ ਗੈਂਗਸਟਰ ਜ਼ਿੰਮੇਵਾਰੀ ਲੈਂਦੇ ਆ ਦੂਜਾ ਗੈਂਗਸਟਰ ਗਰੁੱਪ ਬਦਲਾ ਲੈਣ ਦਾ ਤਾਨਾ ਮਾਰਦਾ ਉਸ ਤੋਂ ਵੀ ਅੱਗੇ ਆਪਾਂ ਗੱਲ ਕਰ ਲਈਏ ਤਾਂ ਇੱਕ ਨਵਾਂ ਗਰੁੱਪ ਨੇ ਕਿਹਾ ਕਿ ਜਿਹੜਾ ਬਦਲਾ ਲਊ ਜਾਂ ਕਾਤਲਾਂ ਦੀ ਛਣਾਕੇ ਦੱਸੂ ਉਹਨੂੰ 5 ਲੱਖ ਰੁਪਏ ਦੇਵਾਂਗੇ। ਕੁੱਲ ਬਰਤਾਰੇ ਵਿੱਚੋਂ ਇਹ ਜਾ ਰਿਹਾ ਕਿ ਸਰਕਾਰ ਮੰਨਫੀ ਆ ਤੇ ਹਕੂਮਤ ਜਿਹੜੀ ਆ ਉਹ ਗੈਂਗਸਟਰ ਲੁਟੇਰਿਆਂ ਅਪਰਾਧਿਕ ਵਿਰਤੀ ਵਾਲੇ ਲੋਕਾਂ ਦੀ ਆ। ਸਰਕਾਰ ਨਜ਼ਰ ਆਉਣੀ ਚਾਹੀਦੀ ਆ ਮੁੱਖ ਮੰਤਰੀ ਭਗਵੰਤ ਸਿੰਘ ਦੇ ਚਿਹਰੇ ਵਿੱਚੋਂ ਪਰ ਭਗਵੰਤ ਸਿੰਘ ਤੇ ਮਣੀ ਪਿਛਲੇ ਲੰਬੇ ਸਮੇਂ ਤੋਂ ਗਾਇਵਿਆ ਜੇਸੀ ਉਹਨਾਂ ਦੀ ਜਿਹੜੀਆਂ ਕੋਈ ਐਲਾਨ ਕਰਨ ਵਾਲੀ ਵੀਡੀਓ ਆ ਉਹਨਾਂ ਦੀ ਗੱਲ ਨਾ ਕਰੀਏ ਤਾਂ ਕਦੇ ਜੇ ਹ ਮੌਕਾ ਨਹੀਂ ਆਇਆ ਕਿ ਉਹ ਲੋਕਾਂ ਦੇ ਨਾਲ ਅੱਖਾਂ ਜੱਖਾਂ ਪਾ ਕੇ ਕਦੇ ਗੱਲ ਕਰਦੇ ਹੋਣ ਜਾਂ ਮੀਡੀਆ ਨਾਲ ਇੰਟਰੈਕਸ਼ਨ ਕਰਦੇ ਹੋਣ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਣ ਇੰਜ ਲੱਗਦਾ ਪੰਜਾਬ ਵਿੱਚ ਇੱਕ ਵੱਡਾ ਖਲਾਫੇਦਾ ਹੋ ਗਿਆ ਤੇ ਮੈਂ ਵੀ ਗੱਲ ਕਹਦਾ ਕਿ ਜੇ ਹਾਲਾਤ ਇਹੋ ਜਿਹੇ ਅੱਗੇ ਵਧਦੇ ਗਏ ਤਦ ਇਹ ਆਮ ਆਦਮੀ ਪਾਰਟੀ ਦੇ ਭੁੱਖ ਲਈ ਵੀ ਨਹੀਂ ਚੰਗਾ ਤੇ ਪੰਜਾਬ ਦਾ ਜਿਹੜਾ ਭੁਖਿਆ ਉਹ ਤੇ ਦਾ ਸਵਾਲ ਜਿਹੜੇ ਆ ਹੈ ਹੈ ਆ ਕੱਲ ਘਟਨਾ ਵਾਪਰੀ ਐ ਇੱਕ ਲਾਡੂ ਵਾਲਾ ਟੋਲਪਰਾ ਜਾ ਤੇ ਕਿਹਾ ਜਾਂਦਾ ਕਿ ਦੋ ਨੌਜਵਾਨ ਕੈਨੇਡਾ ਤੇ ਆਏ ਕੰਡਕਟਰ ਨਾਲ ਝਗੜਾ ਕੀਤਾ ਉਹਦੇ ਕੋਲ ਝੋਲਾ ਜਿਹੜਾ ਪੈਸਿਆਂ ਵਾਲਾ ਬਹਿ ਗਿਆ ਖੋ ਕੇ ਚਲ ਗਏ ਬਾਅਦ ਚ ਜਾਮ ਹੋਇਆ ਕਈ ਕੁਝ ਹੋਇਆ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਪੁਲਿਸ ਨੇ ਟਵਿੱਟਰ ਕਰਕੇ ਜਿਹੜੀ ਇਸ ਘਟਨਾ ਦੀ ਜਾਣਕਾਰੀ ਦਿੱਤੀ ਆ ਉਹਦੇ ਵਿੱਚ ਕਿਹਾ ਕਿ ਇਹ ਕੋਈ ਗੈਂਗਵਾਰ ਨਹੀਂ ਸੀ ਇਹ ਰੁਟੀਨ ਦੀ ਦਾ ਕ੍ਰਾਈਮ ਸੀ ਬਹੁਤ ਵੱਡਾ ਸਵਾਲ ਖੜਾ ਹੋ ਗਿਆ ਬੜੀ ਹੈਰਾਨੀ ਹੋਈ ਕਿ ਰੁਟੀਨ ਦਾ ਕ੍ਰਾਈਮ ਤੇ ਸਪੈਸ਼ਲ ਕ੍ਰਾਈਮ ਕਿਹੜਾ ਹੁੰਦਾ ਵੈਸੇ ਜਦੋਂ ਇੰਨੇ ਬੇਪ੍ਰਿਹਰਸਕੀ ਵਾਲੇ ਮਾਹੌਲ ਪੈਦਾ ਹੋ ਜਾਏ ਤਬ ਚਾਹੀਦਾ ਹੁੰਦਾ ਕਿ ਮੁੱਖ ਮੰਤਰੀ ਆਪਣੇ ਮੰਤਰੀ ਸਾਥੀਆਂ ਦੀ ਇੱਕ ਮੀਟਿੰਗ ਕਰਦਾਏ ਬੜੀ ਵਾਰ ਪਿਛਲੇ ਸਮੇਂ ਵਾਪਰਦਾ ਰਿਹਾ ਜਦੋਂ ਐਮਰਜੈਂਸੀ ਮੰਤਰੀ ਮੰਡਲ ਦੀ ਮੀਟਿੰਗਾਂ ਹੁੰਦੀਆਂ ਤੇ ਜਿੰਨੀਆਂ ਜਿਹੜੀਆਂ ਮੀਟਿੰਗਾਂ ਆ ਉਹਨਾਂ ਵਿੱਚ ਸਰਕਾਰ ਦੀ ਸਟ੍ਰੈਟਜੀ ਕੀ ਆ ਜਿਹੜਾ ਕ੍ਰਾਈਮ ਉੱਤੇ ਕਾਬੂ ਕੀ ਪਾਉਣਾ ਜੋ ਗੈਂਗਸਟਰ ਆ ਉਹਨਾਂ ਨਾਲ ਕਿਵੇਂ ਜਿਠਣਾ ਇਹ ਸਾਰਾ ਕੁਝ ਜਿਹੜਾ ਆ ਉਹ ਕਰਨਾ ਹੁੰਦਾ ਅਸੀਂ ਕੱਲ ਵੀ ਕਿਹਾ ਸੀਗਾ ਕਿ ਭਗਵਾਨ ਸਿੰਘ ਮਾਨ ਹੁਣੀ ਨਹੀਂ ਗਏ ਮੂਸੇਵਾਲੇ ਦੇ ਪਿੰਡ ਨਹੀਂ ਕੋਈ ਵੱਡਾ ਹਾ ਦਾ ਨਾਰਾ ਮਾਰਿਆ ਪਰ ਉਹਨਾਂ ਦੀ ਜਦੋਂ ਕ੍ਰਿਮਿਨਸ਼ਨਸ ਆ ਉਸੇ ਤਨ ਉਹਨਾਂ ਦਾ ਇੱਕ ਸਾਥੀ ਵਿਧਾਇਕ ਜਿਹੜਾ ਆ ਉਹ ਚਲਾ ਗਿਆ ਉਹਨਾਂ ਦੇ ਘਰ ਹਮਦਰਦੀ ਲਈ ਅਫਸੋਸ ਪ੍ਰਗਟ ਕਰਨ ਲਈ ਤੇ ਕੱਲ ਹੀ ਇੱਕ ਹੋਰ ਐਮ ਐਲ ਏ ਉਹਨਾਂ ਫਟੜਾ ਨੂੰ ਜਾ ਕੇ ਹਸਪਤਲ ਮਿਲਿਆ ਜਿਹੜੇ ਮੂਸੇਵਾਲੇ ਦੇ ਮਾ ਫਟੜ ਹੋ ਗਏ ਸੀ ਤੇ ਕੱਲ ਸਰਕਾਰ ਨੇ ਐਲਾਨ ਕਰਤਾ ਕਿ ਇਹਨਾਂ ਦੇ ਇਲਾਜ ਦਾ ਖਰਚਾ ਸਰਕਾਰ ਚੁੱਕੇਗੀ ਵੈਸੇ ਤਾਂ ਜਿਹੜੀਆਂ ਸਰਕਾਰਾਂ ਹੁੰਦੀਆਂ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਉਹ ਉਸੇ ਦਿਨ ਅਜਿਹੇ ਬਿਆਨ ਦਿੰਦੀਆਂ ਪਰ ਸਰਕਾਰ ਨੇ ਇਹ ਤੁਹਾਨੂੰ ਵਾਪਰੇ ਹਾਦਸੇ ਦਾ ਜਿਹੜਾ ਬਿਆਨ ਆ ਉਹ ਦਿੱਤਾ ਜਾ ਕੇ ਬੁੱਧਵਾਰ ਨੂੰ ਸੋ ਅੱਜ ਇਹ ਹੀ ਟੈਲੀਮੈਟ ਜਿਹੜੀ ਆ ਉਹ ਲੋਕਾਂ ਨੂੰ ਰੜਕ ਰਹੀ ਆ ਲੋਕਾਂ ਵਿੱਚ ਆ ਵਿਸ਼ਵਾਸ ਦਾ ਜਿਹੜਾ ਇੱਕ ਮਾਹੌਲ ਆ ਉਹ ਪੈਦਾ ਕਰ ਰਿਹਾ ਅਗਲੀ ਗੱਲ ਇਹ ਕਿ ਇੱਕ ਖਬਰ ਆ ਰਹੀਆਂ ਕਿ ਕੱਲ ਕੁਮਰ ਵਿਜੇ ਪ੍ਰਤਾਪ ਸਿੰਘ ਜਿਹੜੇ ਅਮਸਰ ਤੋਂ ਵਧਾਏ ਗਿਆ ਉਹ ਵੀ ਜਾ ਕੇ ਆਇਆ ਮੂਸਵਾਲੇ ਘਰੇ ਅਫਸੋਸ ਨੂੰ ਹੁਣ ਖਬਰਾਂ ਕੁਝ ਇਸ ਤਰ੍ਹਾਂ ਦੀ ਵੀ ਸੁਣਨ ਨੂੰ ਆ ਰਹੀਆਂ ਕਿ ਭਗਵਾਨ ਸਿੰਘ ਮਾਨ ਹੁਣੀ 20 ਜਨਵਰੀ ਸੋਚਦੇ ਆ ਜਦੋਂ ਉਹਨਾਂ ਨੂੰ ਜਿਹੜੀਆਂ ਉਹਨਾਂ ਦੇ ਜਿਹੜੇ ਆ ਅਲੱਗ-ਵਲਿਆ ਘੇਰਾ ਆ ਜਾਂ ਆਪਾਂ ਕਹਿ ਲਈਏ ਜਿਹੜੀਆਂ ਸੂਝਿਆ ਏਜੰਸੀਆਂ ਆ ਉਹ ਆਗਿਆ ਦੇਣਗੀਆਂ ਕਿ ਉਹ ਜਿਹੜਿਆ ਆ ਉਹ ਜਾ ਸਕਦੇ ਆ ਹਾਲਾਤ ਉੱਥੇ ਜਿਹੜੇ ਆ ਆਮ ਦੀ ਤਰ੍ਹਾਂ ਹੋ ਗਿਆ ਸੁਖਾਵੇਂ ਆ ਪਰ ਜੇ ਭਗਵਾਨ ਸਿੰਘ ਮਾਰ ਹੁਣੀ ਚੁੱਪਿਆ ਜੇ ਉਹ ਨਜ਼ਰ ਨਹੀਂ ਆ ਰਹੇ ਜੇ ਉਹ ਗਵਾਚ ਗਏ ਤਾ ਪੰਜਾਬੀ ਦੁੱਖ ਕਿਦ ਕਰੂ ਕੱਲ ਇੱਕ ਛੋਟੀ ਜਹੀ ਵੀਡੀਓ ਦੇਖਣ ਨੂੰ ਮਿਲੀ ਜਦੋਂ ਸਾਬਕਾ ਮੁੱਖ ਮੰਤਰੀ ਚੰਨ ਸਿੰਘ ਚੰਨੀ ਜਿਹੜੇ ਮਸ਼ਹੂਰ ਸੀਗੇ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਉਹਨੂੰ ਕਿਸੇ ਨੇ ਪੁੱਛਿਆ ਕਿ ਆ ਜੋ ਕੁਝ ਵਾਪਰ ਰਿਹਾ ਕੀ ਆ ਉਹ ਇੱਕਦਮ ਇੰਨਾ ਜਵਾਬ ਦੇ ਕੇ ਕਾਰਚ ਬੈਠ ਗਏ ਇਹ ਬਦਲਾ ਆ ਸੋ ਉਹ ਲੋਕ ਜਿਨ੍ਹਾਂ ਨੂੰ ਤੁਸੀਂ ਰੱਦ ਕੀਤਾ ਜਿਨ੍ਹਾਂ ਨੂੰ ਤੁਸੀਂ ਰਿਜੈਕਟ ਕਰਕੇ ਪਾਸੇ ਕਰ ਦਿੱਤਾ ਅੱਜ ਉਹ ਗੱਲ ਕਹਿਣ ਜੋਗੇ ਹੋ ਗਏ ਉਹ ਇਸ ਕਰਕੇ ਕਿ ਅਜਿਹਾ ਕੁਝ ਸਾਰਾ ਵਾਪਰ ਰਿਹਾ ਸਾਬਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਜਿਹੜਾ ਤੇ ਬੜੇ ਦੋਸ਼ੇ ਕਿਉਂ ਤਾਂ ਬਾਹਰ ਹੀ ਦੇ ਸੀ ਨਿਕਲਦੇ ਉਹਨਾਂ ਨੇ ਕੱਲ ਕਿਹਾ ਕਿ ਪੰਜਾਬ ਦੇ ਹਾਲਾਤ ਇਹ ਆ ਕਿ 2 ਦਿਨਾਂ ਵਿੱਚ 9 ਕਤਲ ਹੋਏ ਆ ਸੋ ਹੁਣ ਭਗਵਾਨ ਸਿੰਘ ਮਾਨ ਉਹਨਾਂ ਦੀ ਜਿਹੜੀ ਇਹ ਚੁੱਪ ਆ ਇਹਦੇ ਕੀ ਹੱਥ ਸਮਝੀਏ ਚੁੱਪ ਦੇ ਹਮੇਸ਼ਾ ਅਰਥ ਹੁੰਦੇ ਆ ਕਈ ਵਾਰੀ ਐ ਹੁੰਦਾ ਕਹਿੰਦੇ ਕਿ ਬੰਦਾ ਚੁੱਪ ਰਹਿ ਕੇ ਵੱਡੀ ਗੱਲ ਕਹਿ ਜਾਂਦਾ ਤੇ ਇੱਕ ਕਹਾਵਤ ਤੇ ਵੀ ਆ ਇੱਕ ਚੁੱਪ 100 ਸੁੱਖ ਅਸੀਂ ਜਿਹੜੇ ਚੁੱਪ ਦੇ ਦੋ ਤਰ੍ਹਾਂ ਦੇ ਜਿਹੜੇ ਅਰਥ ਆ ਉਹ ਲੈਨੇ ਆ ਇੱਕ ਤਾਂ ਇਹ ਕਿ ਜਦੋਂ ਬੰਦਾ ਸੋਚਦਾ ਮਨ ਨੂੰ ਨਹੀਂ ਪ੍ਰਵਾਹ ਇੱਕ ਦਾ ਅਰਥ ਇਹ ਆ ਦੂਜਾ ਬੰਦਾ ਕਈ ਵਾਰੀ ਐ ਹੁੰਦਾ ਕਿ ਜਦੋਂ ਚੁੱਪ ਕਰਦਾ ਉਹ ਆਟੋਮੈਟਿਕਲੀ ਆਪਣਾ ਜਿਹਾ ਕਸੂਰ ਆ ਉਹ ਮੰਨ ਲੈਂਦਾ ਸੋ ਅਸੀਂ ਇਹ ਜੇ ਦੋਨਾਂ ਚੋਂ ਇੱਕ ਗੱਲ ਵੀ ਚੁੱਪ ਦੇ ਅਰਥ ਮੰਨ ਲਈਏ ਜਾਂ ਪ੍ਰਵਾਹ ਵਾਲੀ ਜਾਂ ਕਸੂਰਵਰ ਵਾਲੀ ਤਾਂ ਤੁਸੀਂ ਕੀ ਸੋਚਦੇ ਹੋ ਕਿ ਜਿਸ ਬਦਲਾਅ ਨੂੰ ਲੈ ਕੇ ਤੁਸੀਂ ਵੋਟਾਂ ਪਾਈਆਂ ਸੀਗੀਆਂ ਉਹ ਬਦਲਾ ਤੁਹਾਨੂੰ ਦਿਖ ਰਿਹਾ ਸਭ ਤੋਂ ਵੱਡੀ ਗੱਲ ਇਹ ਕਿ ਪੰਜਾਬ ਦਾ ਜਿਹੜਾ ਪ੍ਰਸ਼ਾਸਨ ਆ ਉਹ ਬੜਾ ਢਿੱਲਾ ਆ ਪੰਜਾਬ ਦੇ ਸਿਸਟਮ ਦੇ ਚੂਣਾ ਜੜੀਆਂ ਉਹ ਹਿੱਲੀਆਂ ਹੋਈਆਂ ਕਈ ਅਹਿਮ ਅਸਾਮੀਆਂ ਜੜੀਆਂ ਆ ਉਹ ਖਾਲੀ ਪਈਆਂ ਔਰ ਸਭ ਤੋਂ ਵੱਡੀ ਗੱਲ ਇਹ ਕਿ ਪੰਜਾਬ ਵਿੱਚ ਧੜਾ ਧੜ ਤਬਾਦਲੇ ਹੋ ਰਹੇ ਆ ਕਈ ਵਾਰ ਤਾਂ ਇੰਜ ਸੰਕੇਤ ਲੱਗਦਾ ਕਿ ਪੰਜਾਬ ਸਰਕਾਰ ਨੂੰ ਆਪਣੇ ਲਈ ਅਫਸਰਾਂ ਉੱਤੇ ਭਰੋਸਾ ਨਹੀਂ ਹੈਗਾ ਤੇ ਇੱਕ ਪਿੱਛੇ ਗੱਲ ਇਹ ਵੀ ਚੱਲੀ ਸੀਗੀ ਮੀਡੀਆ ਵਿੱਚ ਕਿ ਜਿਹੜੇ ਅਫਸਰ ਲਾਏ ਜਾ ਰਹੇ ਆ ਉਹਨਾਂ ਨੂੰ ਫੀਲਡ ਵਿੱਚ ਕੰਮ ਕਰਨ ਦਾ ਤਜਰਬਾ ਨਹੀਂ ਭਗਵਾਨ ਸਿੰਘ ਮਾਨ ਉਹਨੇ ਪਿਛਲੀ ਵਾਰੀ ਇਹ ਵੀ ਕਿਹਾ ਸੀਗਾ ਕਿ ਅਸੀਂ ਇੱਕ ਏਸੀਆਰ ਦੇ ਆਧਾਰ ਤੇ ਇੱਕ ਰਿਪੋਰਟ ਤਿਆਰ ਕਰ ਰਹੇ ਹਾਂ ਜਿਉਂ ਵਿੱਚ ਇਹ ਦੇਖਾਂਗੇ ਕਿ ਜਿਹੜੇ ਵਧੀਆ ਕਰਤਾਰ ਦੇ ਬੰਦੇ ਆ ਉਹਨਾਂ ਨੂੰ ਫੀਲਡ 'ਚ ਲਾ ਕੇ ਪਬਲਿਕ ਡਿਊਟੀ ਜਾਵੇ ਸੋ ਹੋ ਸਕਦਾ ਕਿ ਜਿਵੇਂ ਇਹ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਆ ਕੱਚੀ ਆ ਗੈਰ ਤਜਰਬੇਕਾਰ ਆ ਇਸ ਤਰ੍ਹਾਂ ਦੇ ਅਫਸਰ ਆ ਉਹ ਵੀ ਗੈਰ ਤਜਰਬੇਕਾਰ ਹੋਣ ਇੱਕ ਗੱਲ ਜਿਹੜੀ ਹੋਰ ਕਰਨ ਵਾਲੀ ਹੋਏ ਕਿ ਭਗਵੰਤ ਸਿੰਘ ਮਾਨ ਹੁਣ ਜਦੋਂ ਮੁੱਖ ਮੰਤਰੀ ਬਣੇ ਸੀਗੇ ਉਸ ਵੇਲੇ ਜਾਂ ਉਹ ਤੋਂ ਪਹਿਲਾਂ ਦੇ ਤਕਰੀਰਾਂ ਵਿੱਚ ਇਹ ਕਹਿੰਦੇ ਰਹੇ ਆ ਕਿ ਹੁਣ ਕਿਸੇ ਨੂੰ ਪ੍ਰਦਰਸ਼ਨ ਕਰਨ ਦੀ ਲੋੜ ਨਹੀਂ ਪੈਣੀ ਭੈਣਾਂ ਦੀਆਂ ਚੁੰਨੀਆਂ ਸਿਰਾਂ ਤੋਂ ਨਹੀਂ ਲੈਣਗੀਆਂ ਦਸਤਾਰਾਂ ਨਹੀਂ ਠੱਠਣਗੀਆਂ ਪਰ ਹਾਲੇ ਉਹਨਾਂ ਦੇ ਰਾਸਪਾਰ ਨੂੰ ਸੰਭਾਲਿਆ 2.5 ਮਹੀਨੇ ਹੋਏ ਆ ਬੜੇ ਪਾਸਿਆਂ ਤੋਂ ਖਬਰਾਂ ਆ ਕਿ ਲੋਕ ਸੜਕ ਤੇ ਆ ਗਏ ਆਪਾਂ ਗੱਲ ਜੇ ਕਰ ਲਈਏ ਤਹਿਸੀਲਦਾਰਾਂ ਦੀ ਸਬ ਰਿਸਟਰਾਂ ਦੀ ਤਾਂ ਇਹ ਦੂਜੀ ਵਾਰ ਹੜਤਾਲ ਤੇ ਗਏ ਆ ਅਰ 4 ਦਿਨ ਲਈ ਤਹਿਸੀਲਾਂ ਵਿੱਚ ਕੰਮ ਨਹੀਂ ਹੋਣਾ ਤਹਿਸੀਲਾਂ ਸੁੰਨੀਆਂ ਪਈਆਂ ਅੰਕੜੇ ਦੱਸਦੇ ਆ ਕਿ 1500 ਰਜਿਸਟਰੀਆਂ ਉਹ ਪੋਸਟਪੋਨ ਕਰਤੀਆਂ ਆ ਇੱਕ ਤਾਂ ਇਹ ਕਿ 1500 ਰਿਸਟਰੀ ਪੋਸਟਪੋਨ ਕੀਤੀਆਂ ਗਈਆਂ ਦੂਜਾ ਇਹ ਕਿ ਸਰਕਾਰ ਨੂੰ ਇਹਨਾਂ ਤੋਂ ਮਿਲਣ ਵਾਲਾ ਮਾਲੀਆ ਉਹ ਕਿੰਨਾ ਪਛੜ ਗਿਆ ਜਾਂ ਘਟ ਗਿਆ ਅਗਲੀ ਗੱਲ ਇਹ ਵੀ ਕਿ ਇਹਨਾਂ ਵਿੱਚੋਂ 10% ਰਿਸ਼ਤੀਆਂ ਉਹ ਆ ਜਿਨ੍ਹਾਂ ਦੀ ਫੀਸ ਜਮ੍ਹਾਂ ਕਰਾਈ ਚੁੱਕੀ ਸੀਗੀ ਸੋ ਤਹਿਸੀਲਦਾਰ ਦੂਜੀ ਵਾਰ ਹੜਤਾਲ ਤੇ ਆਉ ਇਸ ਕਰਕੇ ਕਿ ਜਿਹੜੇ ਗੈਰ ਕਾਨੂੰਨੀ ਕਲੋਨੀਆ ਦੇ ਰਿਸ਼ਤੀਆਂ ਹੋਈਆਂ ਉਹਨਾਂ ਦੇ ਸਾਬਤ ਜਿਹੜੇ ਰਜਿਸਟਰ ਆ ਉਹ ਦੋਸ਼ੀ ਪਾਏ ਗਏ ਪਰ ਤਹਿਸੀਲਦਾਰ ਮਾਲ ਅਫਸਰ ਜੁਨੀਅਰ ਦਾ ਇਹ ਕਹਿਣਾ ਆ ਕਿ ਸਰਕਾਰ ਨੂੰ ਉਹਨਾਂ ਲੋਕਾਂ ਨੂੰ ਹੱਥ ਪਾਉਣਾ ਚਾਹੀਦਾ ਜਿਹੜੇ ਲੋਕਲ ਬਾਡੀ ਚ ਜਾਂ ਜਿਹੜਾ ਅਰਬਲ ਪਲੈਨਿੰਗ ਆ ਉਸ ਵਿਭਾਗ ਦੇ ਲੋਕਾਂ ਨੇ ਗੈਰ ਕਾਨੂੰਨੀ ਕਲੋਨੀਆ ਨੂੰ ਮਾਨਤਾ ਦਿੱਤੀ ਜਾਂ ਕੱਟਣ ਦੀ ਆਗਿਆ ਦਿੱਤੀ ਗੱਲ ਪੇਚਾ ਸੈਂਸ ਰਾ ਕੇ ਪਿਆ ਹੁਣ ਜੁਨੀਅਨ ਦਾ 4 ਦਿਨ ਕੰਮ ਨਾ ਕਰਨਾ ਸਰਕਾਰ ਲਈ ਘਾਟੇ ਵਾਲਾ ਸੌਦਾ ਹੋ ਰਿਹਾ ਤੇ ਦੂਜੇ ਬੰਨੇ ਲੰਘੇ ਕੱਲ ਮੁੱਖ ਮੰਤਰੀ ਦੀ ਜਿਹੜੀ ਰਹਿائش ਆ ਪਿੰਡ ਸਤੋਜ ਵਿੱਚ ਉਹਦੇ ਨੇੜੇ 7 ਲੜਕੀਆਂ 100 ਫੁੱਟ ਉੱਚੀ ਪਾਣੀ ਦੀ ਟੈਂਕੀ ਤੇ ਚੜ ਗਈਆਂ ਇਹ ਪਹਿਲੀ ਵਾਰ ਨਹੀਂ ਹੋਇਆ ਇਹ ਦੂਜੀ ਵਾਰ ਟੈਂਕੀ ਚੜੀਆਂ ਇਹਨਾਂ ਬੱਚੀਆਂ ਦਾ ਕਹਿਣਾ ਆ ਕਿ ਜਿਹੜੀ ਪੰਜਾਬ ਪੁਲਿਸ ਭਰਤੀ 2016 ਚ ਸ਼ੁਰੂ ਕੀਤੀ ਗਈ ਸੀ ਜਿਹਦੇ ਲਈ ਬੱਚਿਆਂ ਨੇ ਪ੍ਰੀਖਿਆ ਫੀਸ ਵੀ ਤਾਰੀ ਫਿਜ਼ੀਕਲ ਟੈਸਟ ਵੀ ਦਿੱਤਾ ਉਹਨਾਂ ਦਾ ਕਹਿਣਾ ਕਿ ਹੁਣ ਜਿਹੜੀ ਨਵੀਂ ਭਰਤੀ ਕੀਤੀ ਜਾ ਰਹੀ ਆ ਉਹਦੇ ਵਿੱਚ ਉਹਨਾਂ ਨੂੰ ਪਹਿਲ ਕਿਉਂ ਨਹੀਂ ਦਿੱਤੀ ਜਾਂਦੀ ਜਾਂ ਉਹ ਸੁਧਾਰ ਤੇ ਜਿਹੜੀ ਨਿਯੁਕਤੀ ਬਾਰੇ ਤਾਂ ਕਿਉਂ ਨਹੀਂ ਤੇ ਜਾਂਦੇ ਗੱਲ ਹੈ ਵੀ ਸੱਚੀ ਜੇ ਨਾਇਬ ਤਹਿਸੀਲਦਾਰਾਂ ਜਿਹੜੀ ਪਿੱਛੇ ਜਹੇ 27 ਕੁਝ ਦਿਨ ਪਹਿਲਾਂ ਟੈਸਟ ਹੋਇਆ ਸੀਗਾ ਜੇ ਕਾਂਗਰਸ ਸਰਕਾਰ ਵੱਲੇ ਉਹ ਰਿਕਰੂਟਮੈਂਟ ਦਾ ਦੇ ਆਧਾਰ ਤੇ ਸ਼ੁਰੂ ਕੀਤੇ ਆਧਾਰ ਤੇ ਇਹ ਪੇਪਰ ਹੋ ਸਕਦੇ ਆ ਤਾਂ ਇਹ ਜਿਹੜਾ ਪ੍ਰੋਸੀਜਰ ਆ ਅੱਗੇ ਕਿਉਂ ਨਹੀਂ ਸਕਦਾ ਫਿਰ ਤੁਹਾਡੇ ਯਾਦ ਹੋਣਾ ਕਿ ਨੈਤ ਸਿਲਦਾਰਨੀ ਭਰਤੀ ਵੇਲੇ ਕਿਹਾ ਸੀ ਆਪਾਂ ਕਿ ਪ੍ਰੀਖਿਆ ਫੀਸ ਦੇ ਨਾਂ ਤੇ 15000 ਰੁਪਏ ਇਕੱਠੇ ਕੀਤੇ ਸੋ ਜਿਹੜਾ ਬੰਦਾ ਬੇਰੁਜ਼ਗਾਰ ਆ ਉਹਨੂੰ ਬਾਰ-ਬਾਰ ਫੀਸ ਭਰਨੀ ਸੌਖੀ ਨਹੀਂ ਹੁੰਦੀ ਤੇ ਕੱਲ ਇਹ ਵੀ ਹੋਇਆ ਕਿ ਮਹਾਲੀ ਵਿੱਚ ਜਿਹੜੇ ਬੇਰੁਜ਼ਗਾਰ ਅਧਿਆਪਕ ਆ ਉਹਨਾਂ ਨੇ ਪ੍ਰੋਟੈਸਟ ਕੀਤਾ ਭਗਵੰਤ ਸਿੰਘ ਮਾਨ ਹੁਣੀ ਬਿਦਾਂ ਸੋਚਣਾ ਤੋਂ ਕੁਝ ਦਿਨ ਪਹਿਲਾਂ ਆਪਣੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮਹਾਲੀ ਦੀ ਇੱਕ ਸੜਕ ਜਿਹੜੀ 에어ਪੋਰਟ ਰੋਡ ਆ ਉੱਥੇ ਬਹਿ ਕੇ ਸਿਹਤਾਬ ਕ ਵਿੱਚ ਬਿਚਾ ਕੇ ਜਿਹਨਾਂ ਨੇ ਧਰਨਾ ਦਿੱਤਾ ਹੱਸਾ ਕੱਚੇ ਪੱਕੇ ਕਰਨ ਦਾ ਤੇ ਉਦੋਂ ਭਰੋਸਾ ਇੱਤ ਸੀ ਸਾਡੇ ਵੇਲੇ ਅਜਿਹਾ ਤੁਹਾਨੂੰ ਕਰਨ ਦੀ ਲੋੜ ਨਹੀਂ ਪੈਣੀ ਪਰ ਮਨੂੰ ਜਿ ਲੱਗਦਾ ਕਿ ਹੋ ਉਹੀ ਕੁਝ ਹੋ ਰਿਹਾ ਇੱਕ ਕੱਲ ਦੀ ਖਬਰ ਬੜੀ ਹੋਰ ਚਰਚਾ ਵਿੱਚ ਆ ਸੋਨੀਆ ਗਾਂਧੀ ਤੇ ਹਰ ਗਾਂਧੀ ਨੂੰ ਲੈ ਕੇ ਉਸ ਤੋਂ ਪਹਿਲਾਂ ਥੋੜੀ ਜਿਹੀ ਗੱਲ ਹੋਰ ਕਰ ਲਈਏ ਕਿ ਪੰਜਾਬ ਵਿੱਚ ਇੱਕ ਬੜਾ ਵੱਡਾ ਅ ਬਖੇੜਾ ਖੜਾ ਕੁਛ ਨੂ ਹੋਇਆ ਕਿ ਚਿੱਟ ਫੰਡ ਕੰਪਨੀ ਜਿਹੜੀ ਆ ਉਹ ਲੋਕਾਂ ਦੇ ਪਤਨ ਸਮ ਤਾਂ ਕਹਿਣਾ ਵੀ ਨਹੀਂ ਹੁੰਦਾ ਕਰੋੜਾਂ ਅਰਬਾਂ ਰੁਪਏ ਲੈ ਕੇ ਜਿਹੜੇ ਆ ਉਹ ਭੱਜ ਗਈ ਇਸ ਕੰਪਨੀ ਦੇ ਮਾਲਕ ਨੂੰ ਪਿਛੜੀਆਂ ਦੋ ਸਰਕਾਰਾਂ ਨੇ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਹਰਿਆਣਾ ਹਿਮਾਚਲ ਵਿੱਚ ਵੀ ਫੜ ਵੱਡੇ ਫਰਾਡ ਹੋਏ ਆ ਪਰ ਉਹ ਜਿਹੜਾ ਮਾਲਕ ਆ ਉਹ ਫੜਿਆ ਗਿਆ ਗੁਜਰਾਤ ਤੋਂ ਹੁਣ ਉਹ ਫੜਿਆ ਗਿਆ ਜੇਲ੍ਹ ਦੀਆਂ ਰੋਟੀਆਂ ਖਾਂਦਾ ਪੈਸੇ ਮੋੜ ਸਕਦਾ ਕਿ ਨਹੀਂ ਮੋੜ ਸਕਦਾ ਇਹ ਸਵਾਲ ਬੜਾ ਇੱਕ ਨਾਜਕ ਆ ਗੰਭੀਰ ਆ ਜਿਹਦਾ ਕੋਈ ਜਵਾਬ ਨਹੀਂ ਹੁੰਦਾ ਕਿਉਂਕਿ ਪਹਿਲਾਂ ਵੀ ਬੜੀ ਬਾਰ ਜਿਹਾ ਹੋਇਆ ਕਿ ਜਦੋਂ ਜਿਹੜੇ ਚਟ ਫਰੰਡ ਕੰਪਨੀਆਂ ਜਾਂ ਜਿਹੜੀਆਂ ਹੋਰ ਕਿਸ ਸਕੀਮਾਂ ਚੱਲਦੀਆਂ ਉਹਨਾਂ ਦੇ ਬੰਦੇ ਫੜੇ ਜਾਂਦੇ ਤਾਂ ਉਹ ਜੇਲ੍ਹ ਤਾਂ ਕੱਟ ਲੈਂਦੇ ਆ ਪਰ ਜਿਨ੍ਹਾਂ ਲੋਕਾਂ ਨੇ ਇਨਵੈਸਟਮੈਂਟ ਕੀਤੀ ਹੁੰਦੀ ਆ ਉਹਨਾਂ ਦੇ ਹੱਥ ਪੱਲੇ ਕੁਝ ਨਹੀਂ ਪੈਂਦਾ ਹੈਗਾ ਤੇ ਸੋਨੀਆ ਗਾਂਧੀ ਜਿਹੜੀ ਦੇਸ਼ ਦੀ ਸੁਪਰੀਮ ਕਾਂਗਰਸ ਦੀ ਤੇ ਨਾਲ ਉਹਦਾ ਬੇਟਾ ਰੋਹਲ ਗਾਂਧੀ ਉਹਨਾਂ ਨੂੰ ਈਡੀ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਕਿ ਉਹ ਮਨੀ ਲਾਂਡਰ ਦੇ ਦੋਸ਼ ਵਿੱਚ ਕਿ ਉਹਨਾਂ ਨੇ ਇੱਕ ਚਿੱਟ ਫੰਡ ਕੰਪਨੀ ਕੋਲੋਂ ਆਪਣਾ ਕਾਲਾ ਧਨ ਜਿਹੜਾ ਆ ਉਹ ਚਿੱਟਾ ਕਰਾਇਆ। ਵੈਸੇ ਕਾਲੇ ਧਨਰ ਚਿੱਟੇ ਧਨ ਵਿੱਚ ਸਾਨੂੰ ਕੋਈ ਬੜਾ ਫਰਕ ਨਹੀਂ ਗੱਲਾਂ ਰੰਗ ਦੀਆਂ ਹੁੰਦੀਆਂ ਕੋਈ ਕਹਿੰਦਾ ਜਿਹੜਾ ਬੰਦਾ ਆ ਗੋਰਾ ਆ ਉਹ ਰੱਬ ਦਾ ਬੈਰੀ ਹੁੰਦਾ ਤੇ ਕਾਲੇ ਰੱਬ ਦੇ ਪਿਆਰੇ ਹੁੰਦੇ ਆ ਕੋਈ ਕਹਿੰਦਾ ਦਿਲ ਚਿੱਟਾ ਚਾਹੀਦਾ ਰੂਪ ਵਿੱਚ ਕੀ ਰੱਖਿਆ ਇਹ ਵੀ ਗੱਲ ਚੱਲਦੀ ਆ ਕਿ ਸੂਰਤ ਨਾਲੋਂ ਸੀਰਤ ਸੁਣੀ ਚਾਹੀਦੀ ਆ ਪਰ ਅਸੀਂ ਗੱਲ ਕਰਾਂਗੇ ਉਸ ਜਿਹੜਾ ਸੋਨਿਆ ਗਾਂਧੀ ਤੇ ਰahul ਗਾਂਧੀ ਨੂੰ ED ਦਾ ਨੋਟਿਸ ਮਿਲਿਆ ਉਹਦੇ ਵਿੱਚ ਉਹਨਾਂ ਕੋਲੋਂ ਪੁੱਛ ਕਿਉਂ ਹੁਣੀ ਆ ਕਿ ਪੈਸੇ ਕਿੱਥੋਂ ਆਏ ਕਿੱਦਾਂ ਹੋਏ ਮੈਂ ਹੈਰਾਨ ਹੁੰਦਾ ਕਈ ਵਾਰੀ ਕਿ ਇੱਕ ਜਿਹੜਾ ਆਮ ਸਿਆਸਤਦਾਨ ਆ ਜਾਂ ਆਮ ਬੰਦਾ ਆ ਉਹ ਤਾਂ ਭੁੱਖ ਨਾਲ ਟੱਕਰਾਂ ਮਾਰੇ ਵੀ ਪਰ ਉਹ ਪਰਿਵਾਰ ਜਿਸ ਪਰਿਵਾਰ ਦੀ ਚੌਥੀ ਪੀੜ੍ਹੀ ਸੱਤਾ ਤੇ ਕਾਬਜ਼ ਰਹੀ ਆ ਜਿਹੜਾ ਚੌਥੀ ਪੀੜ੍ਹੀ ਜਿਹੜੀ ਆ ਉਹ ਦੇਸ਼ ਦੀ ਇੱਕ ਬਹੁਤ ਵੱਡੀ ਪਾਰਟੀ ਆਪਣੇ ਮੁੱਠ ਚ ਲਈ ਫਿਰਦੀ ਆ ਆਪਾਂ ਗੱਲ ਕਰ ਲਈਏ ਜਵਾਹਰ ਲਾਲ ਨਹਿਰੂ ਤੋਂ ਫਿਰ ਰਾਹੁਲ ਗਾਂਧੀ ਦੀ ਜਿਹੜੀ ਮਾਂ ਸੀਗੀ ਦਾਦੀ ਸੀ ਉਹ ਇੱਕ ਬੜੀ ਤੱਕੜ ਪ੍ਰਾਈਮਿੰਸਟਰ ਰਹੀ ਆ ਰਾਹੁਲ ਗਾਂਧੀ ਆ ਪਿਤਾ ਅਰਜੀਵ ਗਾਂਧੀ ਪ੍ਰਧਾਨ ਮੰਤਰੀ ਰਿਹਾ ਤੇ ਜੇ ਆਪਾਂ ਇਹ ਕਹਿ ਲਈਏ ਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਹਰ ਹਰਮੋਨ ਡਾਕਟਰ ਮਨਮੋਨ ਸਿੰਘ ਸੀਗੇ ਤਦ ਵੀ ਸੋਨੀਆ ਗਾਂਧੀ ਜਿਹੜੀ ਆ ਉਹ ਸਰਕਾਰ ਚੋਂ ਦੀ ਰਹੀ ਆ ਬਾਵਜੂਦ ਇਹਦੇ ਜੇ ਤੁਸੀਂ ਅਜਿਹੇ ਕਿਸਮ ਵਿੱਚ ਫਸਣਾ ਹੁੰਦਾ ਤਾਂ ਇਹ ਬੜੀ ਜਿਹੜੀ ਆ ਇਹ ਸ਼ਰਮ ਦੀ ਗੱਲ ਆ ਤੇ ਜਿਹੜੀ ਮੈਨੂੰ ਲੱਗਦਾ ਕਿ ਜਿਹੜਾ ਇਹ ਇੱਕ ਬਹੁਤ ਵੱਡਾ ਭਾਰਤ ਦੇ ਮੱਥੇ ਉੱਤੇ ਕਲੰਕ ਵੀ ਆ ਈਡੀ ਨੇ ਰਾਹੁਲ ਗਾਂਧੀ ਨੂੰ ਅੱਜ 2 ਜੂਨ ਲਈ ਸਬਨ ਕੀਤਾ ਸੀ ਪਰ ਉਹ ਵਿਦੇਸ਼ ਵਿੱਚ ਆ ਉਹਨਾਂ ਨੇ 5 ਤਰੀਕ ਲੈ ਲਈ ਤੇ ਉਹਨਾਂ ਦੀ ਮਾਂ ਤੇ ਕਾਂਗਰਸ ਪ੍ਰੀਮੀਅਰ ਸੋਨੀਆ ਗਾਂਧੀ ਆ ਉਹਨੂੰ ਸੱਦਿਆ ਹੋਇਆ 8 ਜੂਨ ਨੂੰ ਸੋ ਹੁਣ ਕਾਂਗਰਸ ਪਾਰਟੀ ਦੇ ਸਪਰੀਮੋ ਤੋਂ ਦੇ ਪੁੱਤ ਨੂੰ ਜਿਹੜੇ ਆ ਈਡੀ ਦੇ ਗੇੜੇ ਮਾਰਨੇ ਪੈਣਗੇ ਇੱਕ ਸਾਡੇ ਕੋਲੇ ਅੰਕੜੇ ਆ ਇਹਦੇ ਨਾਲ ਜੁੜੇ ਹੋਏ ਇਹ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਉਹਨੇ 8 ਸਾਲਾਂ ਵਿੱਚ ਈਡੀ ਦੇ ਸਹਾਰੇ ਕੋਈ 3555 ਕੇਸ ਦਰਜ ਕੀਤੇ ਆ ਤੇ ਇਸ ਸਮੇਂ ਦੌਰਾਨ 99355 ਕਰੋੜ ਜਿਹੜੀ ਜ਼ਾਇਦਾ ਦਿਆ ਉਹ ਜਬਤ ਕੀਤੀ ਗਈ ਆ ਇਹ ਭਾਰਤੀ ਜਨਤਾ ਪਾਰਟੀ ਦੇ 8 ਸਾਲਾਂ ਦਾ ਰਿਕਾਰਡ ਬੋਲਦਾ ਤੇ ਜੇ ਆਪਾਂ ਯੂਪੀਆ ਦੀ ਸਰਕਾਰ ਕਰ ਲਈਏ ਕਾਂਗਰਸ ਸਰਕਾਰ ਦੀ ਗੱਲ ਕਰ ਲਈਏ ਤਾਂ ਕਾਂਗਰਸ ਦੇ 9 ਸਾਲਾਂ ਦੇ ਰਾਜ ਵਿੱਚ ਸਿਰਫ ਤੇ ਸਿਰਫ ਜਿਹੜੇ ਕੇਸ ਦਰਜ ਕੀਤੇ ਗਏ ਸੀਗੇ ਈਡੀ ਵੱਲੋਂ ਉਹ 1267 ਸੀਗੇ ਤੇ 4516 ਕਰੋੜ ਰੁਪਏ ਦੀ ਜਿਹੜੀ ਜਾਇਦਾਦ ਆ ਉਹ ਜਬਤ ਕੀਤੀ ਗਈ ਸੀ ਆਪਾਂ ਆ ਪਿਛਲੇ 4 ਮਹੀਨੇ ਦੀ ਗੱਲ ਕਰ ਲਈਏ ਭਾਵ ਕਿ ਆਜਿਹੜਾ 222 ਆ ਤਾ ਇਹਦੇ ਵਿੱਚ ਈਡੀ ਨੇ ਦੇਸ਼ ਭਰ ਵਿੱਚ 785 ਕੇਸ ਦਰਜ ਕੀਤੇ ਆ ਤੇ 7832 ਕਰੋੜ ਰੁਪਏ ਜਿਹੜੀ ਜਾਇਦਾਦ ਆ ਉਹ ਜ਼ਬਤ ਕੀਤੀ ਆ ਤੁਹਾਡੇ ਧਿਆਨ 'ਚ ਹੋਣਾ ਕਿ ਸਾਬਕਾ ਮੁੱਖ ਮੰਤਰੀ ਚੰਨ ਸਿੰਘ ਜੰਨੀ ਦਾ ਭਤੀਜਾ ਜਿਹੜਾ ਆ ਉਹ ਈਡੀ ਦੇ ਡਿੱਕੇ ਜਿਹੜਾ ਸੀਗਾ ਤੇ ਈਡੀ ਦੇ ਕਰਕੇ ਹੀ ਅੱਜ ਕੱਲ ਉਹ ਜੇਲ ਵਿੱਚ ਆ ਈਡੀ ਲਗਾਤਾਰ ਛਾਪੇ ਮਾਰਦੀ ਆ ਅਖ਼ਬਾਰਾਂ ਵਿੱਚ ਖ਼ਬਰਾਂ ਛਪਦੀਆਂ ਪਰ ਅਸੀਂ ਅੰਤ ਵਿੱਚ ਇਹ ਗੱਲ ਨਾਲ ਤੁਹਾਡੇ ਕੋਲ ਅੱਗੇ ਲਮਾਂਗੇ ਕਿ ਸਿਆਸਦਨਾਂ ਲਈ ਇੰਨਾ ਭ੍ਰਸ਼ਟਾਚਾਰ ਕਰਨਾ ਜ਼ਰੂਰੀ ਕਿਉਂ ਆ ਵੈਸੇ ਤਾਂ ਆਪਾਂ ਕਹਿ ਲਈਏ ਕਿ ਕਹਿੰਦੇ ਕਲਰਕ ਤੱਕ ਜਿਹੜਾ ਆ ਉਹ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦਾ ਕੱਲ ਜਾਂ ਪਿਛਲੇ ਦਿਨੀ ਕਈ ਸਰ ਜਿਹੜੇ ਆਮ ਰੈਂਕ ਦੇ ਜਿਹੜੇ ਆ ਹੈਗੇ ਆ ਅਫਸਰ ਆ ਉਹ ਫੜੇ ਗਏ ਯਾਰ ਇਸ ਬਾਰੇ ਦੋਸਤ ਵਿੱਚ ਤੇ ਅੱਜ ਜਿਹੜਾ ਮਹਾਰਾਜਾ ਡੀਐਫਓ ਆ ਉਹਨੂੰ ਵੀ ਮੁਕਤਲ ਕਰਤਾ ਗਿਆ ਕਿਉਂਕਿ ਉਹਦੇ ਖਿਲਾਫ ਡਬਲਯੂਡਬਲਯੂਆਈਸੀਐਸ ਵਾਲੇ ਜਿਹੜੇ ਸੰਧੂ ਸਾਹਿਬ ਆ ਉਹਨਾਂ ਨੇ ਸ਼ਿਕਾਇਤ ਕੀਤੀ ਸੀਗੀ ਕਿ ਉਹ ਪੈਸੀ ਮੰਗ ਰਿਹਾ ਸੋ ਅ ਗੱਲ ਇੱਥੇ ਆ ਕੇ ਕਰਾਂਗੇ ਕਿ ਕਰਾਪਸ਼ਨ ਤੋਂ ਬਿਨਾ ਗੱਡੀ ਰੜ੍ਹਦੀ ਨਹੀਂ ਹੈ ਕਰਾਪਸ਼ਨ ਤੋਂ ਬਿਨਾ ਕਲਰਕ ਪਾਤਸ਼ਾਹ ਕੰਮ ਕਰਨ ਲਈ ਤਿਆਰ ਨਹੀਂ ਤੇ ਅਸੀਂ ਤੁਸੀਂ ਸਾਰੇ ਸੋਚਦੇ ਆ ਕਿ ਕੰਮ ਕਰਾਉਣ ਲਈ ਮੂੰਹ ਕਾਲਾ ਹੀ ਕਰਨਾ ਪੈਣਾ ਆਪਣੀ ਜੇਬ ਹਲਕੀ ਕਰਨੀ ਪੈਣੀ ਆ ਦਫ਼ਤਰਾਂ ਦੇ ਗੇੜੇ ਚੱਕਰ ਮਾਰਨ ਤੋਂ ਬਚਣਾ ਜੇ ਨਸਤੇ ਜਿਹੜਾ ਪਹਾੜਾ ਕਰਾਇਆ ਉਹ ਪੱਟਣ ਤੋਂ ਬਚਣਾ ਤਾਂ ਅਗਰੇ ਤੇ ਮੱਥੇ ਮਾਰ ਦੋ 1000 2000 ਸੋ 1000 2000 ਤੇ ਕਈ ਹਜ਼ਾਰ ਅਰਬਾਂ ਖਰਬਾਂ ਦੀ ਜਿਹੜੀ ਗੱਲ ਆ ਦੋਨਾਂ ਵਿੱਚ ਬਹੁਤ ਵੱਡਾ ਫਰਕ ਆ ਪਰ ਇਹ ਵੀ ਹੋ ਸਕਦਾ ਕਿ ਹਰ ਬੰਦਾ ਆਪਣੀ ਪਹੁੰਚ ਆਪਣੀ ਔਕਾਤ ਆਪਣੇ ਕੰਮ ਮੁਤਾਬਕ ਹੀ ਪੈਸੇ ਮੰਗਦਾ ਸੋ ਅੱਜ ਦੀ ਜਿਹੜੀ ਖਾਲਸ ਸਪੈਸ਼ਲ ਆ ਇਹਦੇ ਵਿੱਚ ਇੰਨਾ ਹੀ ਕਾਫੀ ਕੱਲ ਨੂੰ ਮਿਲਾਂਗੇ ਇੱਕ ਨਵੇਂ ਮੁੱਦਿਆਂ ਨਾਲ ਨਵੀਂ ਚਰਚਾ ਸ਼ੋਹਾਂਗੇ ਨਵੀਆਂ ਨਵੀਆਂ ਖਬਰਾਂ ਤੇ ਗੱਲਾਂ ਕਰਾਂਗੇ ਤਦ ਤੱਕ ਤੁਸੀਂ ਮੈਨੂੰ ਕਮਲਜੀਤ ਸਿੰਘ ਬੜਮੈਤ ਨੂੰ ਦੋ ਇਜਾਜ਼ਤ ਸਤਿ ਸ੍ਰੀ ਅਕਾਲ ਸ਼ੁਕਰੀਆ ਬਿਹਰਵਾਨੀ